देखो एबीपी साझा टाटा स्काई चैनल नंबर 1929 पे। पंजाब दे किसानां दी मुख्यमंत्री चरणजीत सिंह चन्नी नाल मीटिंग नूं लै के रेड़का बरकरार है। 17 दसंबर दी मीटिंग मुख्यमंत्री चन्नी ने मुलतवी करन दा ऐलान कीता सी, जिस तों बाद सीएम ने 20 दसंबर नूं मीटिंग लई समां दित्ता सी। 20 दसंबर नूं किसान मीटिंग विच जाणगे जां नहीं इह शनिवार नूं साफ होवेगा, क्योंकि किसान 18 दसंबर नूं लुधियाणा विखे मीटिंग करन जा रहे ने। द्वारा 20 तरीक दी रखी आ, ਉਹਦੇ ਬਾਰੇ ਜਾਣਾ ਜਾਂ ਨਹੀਂ ਜਾਣਾ ਹਲੇ ਗੱਲ ਕਲੀਅਰ ਨਹੀਂ ਹੋਈ ਨਾ। ਹਲੇ 20 ਤਰੀਕ ਦੀ ਮੀਟਿੰਗ ਤੇ ਸਾਨੂੰ ਇਨਵੀਟੇਸ਼ਨ ਆਏ ਨੇ, ਨਹੀਂ ਤਾਂ 2-3 ਦਿਨ ਪਹਿਲਾਂ ਇਨਵੀਟੇਸ਼ਨ ਆ ਜਾਂਦੇ ਹੁੰਦੇ ਨੇ। ਕੱਲ ਜਿਹੜੀ ਮੀਟਿੰਗ ਆ ਤੁਹਾਨੂੰ ਦੱਸਿਆ 18 ਦੀ, ਉਸ ਦਿਨ ਉਹ ਤੇ ਵੀ ਡਿਸਕਸ ਹੋ ਜੂ, ਜਾਂ ਕੱਲ ਤੱਕ ਦੇਖ ਲਾਂਗੇ ਜੇ ਇਨਵੀਟੇਸ਼ਨ ਆਉਂਦਾ ਤੇ ਜਾਣਾ ਜਾਂ ਨਹੀਂ ਜਾਣਾ ਉਹ ਅਸੀਂ ਫੈਸਲਾ ਕਰ ਲਾਂਗੇ। ਇਸ ਤੋਂ ਪਹਿਲਾਂ ਕਿਸਾਨ ਲੀਡਰ ਬਲਵੀਰ ਸਿੰਘ ਰਾਜੇਵਾਲ ਮੀਟਿੰਗ ਦਾ ਬਾਈਕਾਟ ਕਰਨ ਦਾ ਐਲਾਨ ਕਰ ਚੁੱਕੇ ਨੇ। 20 ਤਰੀਕ ਦੀ ਮੀਟਿੰਗ ਬਾਰੇ ਕਿਸਾਨ ਜਥੇਬੰਦੀਆਂ ਵਿੱਚ ਵੀ ਵੱਖਰੀ ਰਾਇ ਹੈ। ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਨੇ ਆਪਣਾ ਵੱਖਰਾ ਸਟੈਂਡ ਲਿਆ। ਜਗਜੀਤ ਡੱਲੇਵਾਲ ਮੀਟਿੰਗ ਵਿੱਚ ਜਾਣ ਲਈ ਰਾਜ਼ੀ ਨੇ। ਨਹੀਂ ਜਾ ਰਹੇ ਅਸੀਂ, ਅਸੀਂ ਕਹਿੰਦੇ ਸਾਨੂੰ ਮੀਟਿੰਗ ਸੱਦਣਾ ਸੱਦ ਲਓ, ਨਹੀਂ ਸੱਦਣਾ ਨਾ ਸੱਦੋ, ਮੰਗਾਂ ਪੂਰੀਆਂ ਕਰੋ। ਤੁਸੀਂ ਪਹਿਲੋ ਕੁਝ ਚੀਜ਼ਾਂ ਦੇ ਕੇ ਭਰੋਸਾ ਦੇ, ਤੁਸੀਂ ਮੀਟਿੰਗ ਕਰਕੇ ਸਾਰਾ ਕੁਝ ਮੰਨ ਜਾਂਦੇ ਜੇ ਚੰਗੀ, ਪਰ ਲਾਗੂ ਤਾਂ ਕੁਝ ਵੀ ਨਹੀਂ ਕਰਦੇ ਹੋਗੇ, ਲਾਗੂ ਕਰੋ ਅਸਲ ਵਿੱਚ। ਬਾਕੀ ਜਥੇਬੰਦੀਆਂ ਤੁਹਾਨੂੰ ਲੱਗਦਾ ਉਹਨਾਂ ਨੂੰ ਜਾਣਾ ਚਾਹੀਦਾ ਜਾਂ ਨਹੀਂ? ਨਹੀਂ, ਇਹ ਉਹਨਾਂ ਦੀ ਆਜ਼ਾਦੀ ਹੈ, ਮੈਂ ਉੱਤੇ ਕੋਈ ਕਮੈਂਟ ਨਹੀਂ ਕਰੂੰਗਾ, ਉਹ ਆਪਣੀ ਮਰਜ਼ੀ ਵੇਖਣ ਉਹਨਾਂ ਜਾਣਾ ਕਿ ਨਹੀਂ ਜਾਣਾ। ਇਹ ਮੰਨ ਲਿਆ ਜਾਵੇ ਕਿ ਤੁਸੀਂ ਪੰਜਾਬ ਸਰਕਾਰ ਦੀ ਮੀਟਿੰਗ ਸੀਗੀ ਉਹਨੂੰ ਟੁਕਰਾ ਦਿੱਤਾ ਜਿਹੜਾ ਸੱਦਾ ਆਇਆ? ਦੇਖੋ ਸੱਦਾ ਸਾਥੋਂ ਆਇਆ ਹੀ ਨੀਗਾ, ਸ਼ਾਇਦ ਉਹਨਾਂ ਨੂੰ ਆਇਆ, ਅਸੀਂ ਪਹਿਲਾਂ ਵੀ ਉਹ ਜਾਣਦੇ ਨਹੀਂ ਸੀ, ਅਜੇ ਤੱਕ ਸਾਨੂੰ ਨਹੀਂ ਪਤਾ ਮੀਟਿੰਗ ਹੋਣੀ ਆ ਕਿ ਨਹੀਂ ਹੋਣੀ। ਤਾਂ ਪੰਜਾਬ ਸਰਕਾਰ ਮੀਟਿੰਗ ਤੋਂ ਪਹਿਲਾਂ ਜਿਹੜੇ ਉਹਨਾਂ ਨੇ ਪਹਿਲਾਂ ਭਰੋਸੇ ਦਿੱਤੇ ਆ ਉਹ ਗੱਲਾਂ ਦਾ ਨਿਪਟਾਰਾ ਕਰ ਦੇਵੇ, ਜਿਹੜੀਆਂ ਗੱਲਾਂ ਤੇ ਵਿਚਾਰ ਚਰਚਾ ਹੋ ਸਕਦੀ ਆ, ਪਾਲਿਸੀ ਨਹੀਂ ਬਣੀ ਉਹ ਤੇ ਸਾਨੂੰ ਸੱਦ ਲਿਆ ਜਾਵੇ। ਜਿਹੜੀ ਪਹਿਲਾਂ ਚਰਚਾ ਅਸੀਂ ਕਰ ਲਈ ਆ, ਸਰਕਾਰ ਨੇ ਭਰੋਸਾ ਦਿੱਤਾ, ਉਹ ਦੁਬਾਰਾ ਉਸੇ ਗੱਲਾਂ ਦੋਹਰੇ ਕਰਨ ਵਾਸਤੇ ਕਿਉਂ ਜਾਈਏ ਅਸੀਂ ਉਹਨਾਂ? 20 ਤਰੀਕ ਨੂੰ ਜਾਵਾਂਗੇ ਜੀ, ਉਸ ਮੀਟਿੰਗ ਦੇ ਵਿੱਚੋਂ ਜਿਹੜੇ ਸਾਡੇ ਮੇਨ ਏਜੰਡਾ ਹੈ ਕਿ ਸਾਡੀ ਕਿਸਾਨੀ ਸਿਰ ਜਿਹੜਾ ਕਰਜ਼ਾ ਹੈ ਉਹ ਸਰਕਾਰ ਨੇ ਸਾਡੇ ਨਾਲ ਕਮਿਟਮੈਂਟ ਕੀਤੀ ਹੈ ਕਿ ਸਮੁੱਚੀ ਕਿਸਾਨੀ ਦਾ ਸਮੁੱਚਾ ਕਰਜ਼ਾ ਅਸੀਂ ਮਾਫ਼ ਕਰਾਂਗੇ। ਉਹਦੇ ਤੇ ਹਜੇ ਸਰਕਾਰ ਨੇ ਕੋਈ ਸਟੈਪ ਨਹੀਂ ਚੱਕਿਆ, ਸਾਡੇ ਨੌਜਵਾਨ ਬੇਰੁਜ਼ਗਾਰ ਨੇ, ਇਹਨਾਂ ਨੂੰ ਰੁਜ਼ਗਾਰ ਕਿਵੇਂ ਮਿਲੇ? ਸਾਡੇ ਬੱਚੇ ਆ ਜਿਵੇਂ ਲਾਠੀਚਾਰਜ ਥਾਂ ਥਾਂ ਤੇ ਹੋ ਜਾਂਦਾ, ETT ਕਰਕੇ ਬੱਚੇ ਵਿਚਾਰੇ ਮਤਲਬ ਜਿਹਦੇ ਕਿਤੇ ਆਪਦੀ ਗੱਲ ਕਰਨ ਜਾਂਦੇ ਆ ਉਹਨਾਂ ਦੇ ਉੱਤੇ ਡਾਂਗਾ ਵਰਸਾਈਆਂ ਜਾਂਦੀਆਂ, ਤੇ ਉਹ ਸਾਰੇ ਇਸ਼ੂ ਨੇ ਗੱਲਾਂ ਕਰਨ ਨਾਲ ਉਹ ਗੱਲ ਕਰਾਂਗੇ ਸਰ। ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨਾਲ ਹੋਣ ਵਾਲੀ ਮੀਟਿੰਗ ਵਿੱਚ ਪੂਰਨ ਕਰਜ਼ ਮਾਫੀ ਸਮੇਤ ਹੋਰ ਮੁੱਦੇ ਵਿਚਾਰੇ ਜਾਣੇ ਨੇ। ਫਿਲਹਾਲ ਇਸ ਦੇ ਨਾਲ ਹੀ ਕਿਸਾਨਾਂ ਦੀ ਸਿਆਸਤ ਵਿੱਚ ਆਉਣ ਦੀ ਚਰਚਾ ਵੀ ਜਾਰੀ ਹੈ। ਕਈ ਜਥੇਬੰਦੀਆਂ ਦੀ ਆਪੋ ਆਪਣੀ رائے ਹੈ। ਹਰਿਆਣਾ ਦੇ ਕਿਸਾਨ ਲੀਡਰ ਗੁਰਨਾਮ ਚੜੂਨੀ ਪੰਜਾਬ ਦੀ ਰਾਜਨੀਤੀ ਵਿੱਚ ਐਕਟਿਵ ਨੇ। ਉਹ ਖੁਦ ਚੋਣ ਨਹੀਂ ਲੜਨਗੇ ਪਰ ਉਮੀਦਵਾਰ ਉਤਾਰਨਗੇ। ਸ਼ਨੀਵਾਰ ਨੂੰ ਰਾਜਨੀਤਿਕ ਪਾਰਟੀ ਦਾ ਵੀ ਐਲਾਨ ਗੁਰਨਾਮ ਚੜੂਨੀ ਕਰਨ ਜਾ ਰਹੇ ਨੇ। ਦੇਖੋ ਹਰ ਤਰ੍ਹਾਂ ਦਾ ਵਿਚਾਰ ਆ, ਮੈਂ ਤੁਹਾਨੂੰ ਇੱਕ ਵਿਚਾਰ ਦੇ ਦਿੰਦਾ ਵੀ ਬੱਚੇ ਦਾ ਪਾਲ ਲਾਂਗੇ, ਜੇ ਬਲਦ ਕੋਈ ਖਰੀਦ ਕੇ ਲੈ ਗਿਆ ਫਿਰ ਕੀ ਕਰਾਂਗੇ? ਅੱਜ ਤਾਂ ਜਿਤਾ ਦਾਂਗੇ ਸਾਰੇ, ਫਿਰ ਉਹੀ ਘਾਟੇ 'ਚ ਪੈ ਗਿਆ, ਫਿਰ ਕੁੱਟਣਾ ਬਹੁਤ ਹੈ ਇਹਨਾਂ ਨੇ, ਸਾਡੇ ਪੇਂਡੂ ਬੰਦੇ ਕੁੱਟਦੇ ਬਹੁਤ ਆ, ਤੂੜੀ ਵਾਲੇ ਸਾਡੇ ਦੇ ਕੁੱਟਦੇ ਆ, ਇਸ ਕਰਕੇ ਜਿਹੜਾ ਵੀ ਆਵੇ ਬਚ ਕੇ ਆਵੇ। ਸਾਡੀ ਜਥੇਬੰਦੀ ਬਿਲਕੁਲ ਕਲੀਅਰ ਹੈ ਕਿ ਅਸੀਂ ਨਾਨ ਪੋਲੀਟੀਕਲ ਆ, ਰਾਜਨੀਤੀ 'ਚ ਕੋਈ ਭਾਗ ਨਹੀਂ ਲਵਾਂਗੇ, ਨਾ ਕਦੇ ਲਿਆ ਹੈ ਨਾ ਅੱਗੇ ਲਵਾਂਗੇ। ਜੇ ਕਿਸੇ ਨੇ ਲੈਣਾ ਤਾਂ ਲੈ ਸਕਦਾ ਹੈ, ਲੇਕਿਨ SKM ਬੜੀ ਔਖੀ ਬਣੀ ਹੈ, SKM ਨਾਨ ਪੋਲੀਟੀਕਲ ਰੱਖਣ ਦੇ ਉੱਤੇ ਸਹਿਮਤੀ ਬਣੀ ਸੀ ਕਿ ਅਗਰ ਰਾਜਨੀਤੀ 'ਚ ਹਿੱਸਾ ਨਹੀਂ ਲਵਾਂਗੇ। ਸਾਲ ਭਰ ਅੰਦੋਲਨ ਚੱਲਿਆ, ਅਸੀਂ ਕਿਸੇ ਨੂੰ ਆਪਦੀ ਸਟੇਜ ਦੇ ਨੇੜੇ ਨਹੀਂ ਆਉਣ ਦਿੱਤਾ, ਤਾਂ ਜੇ ਅਸੀਂ ਸਟੇਜ ਦੇ ਨੇੜੇ ਨਹੀਂ ਕਿਸੇ ਨੂੰ ਆਉਣ ਦਿੱਤਾ ਤੇ ਅੱਜ ਸਾਡੇ ਲਈ ਇੱਕ ਸਵਾਲ ਖੜਾ ਹੋਏਗਾ ਕਿ ਅੱਜ ਤੁਸੀਂ ਕੀ ਕਰਦੇ ਹੋ। ਦੇਖੋ ਸਾਡੀ ਜਥੇਬੰਦੀ 20 ਸਾਲ ਦੀ ਇੱਥੇ ਪ੍ਰੈਕਟਿਸ ਹੈ ਸਾਡੀ, ਨਾ ਅਸੀਂ ਕਦੇ ਇਲੈਕਸ਼ਨਾਂ 'ਚ ਗਏ ਨਾ ਕਦੇ ਜਾਵਾਂਗੇ। ਅਸੀਂ ਪੰਜਾਬ ਦੇ ਏਜੰਡੇ ਸੈੱਟ, ਪਾਲਿਸੀ ਸੈੱਟ, ਕਿਵੇਂ ਪੰਜਾਬ ਦੀ ਇਲੈਕਸ਼ਨ ਹੋਵੇ, ਕਿਵੇਂ ਲੋਕ ਮੁੱਦਿਆਂ ਤੇ ਹੋਵੇ, ਏਜੰਡਾ ਕਿਤੇ ਕੋਈ ਹੈਗੇ ਨਹੀਂ ਪੰਜਾਬ ਦਾ। ਅਸੀਂ ਲੋਕਾਂ ਲਈ ਕੱਲ ਵੀ ਲੜੇ, ਅੱਗੇ ਵੀ ਲੜਦੇ ਰਹਾਂਗੇ, ਐਜ ਏ ਪ੍ਰੈਸ਼ਰ ਗਰੁੱਪ ਵਜੋਂ ਕੰਮ ਕਰਾਂਗੇ। ਬਟ ਕਿ ਇਹਦੀ ਸਿਆਸੀ ਪਾਰਟੀ ਦੀ ਸਪੋਰਟ ਨਹੀਂ ਕਰੋਗੇ? ਨਾ, ਬਿਲਕੁਲ ਕਿਸੇ ਦੀ ਵੀ ਸਪੋਰਟ ਨਹੀਂ ਕਰਾਂਗੇ, ਭਾਵੇਂ ਕਿਸਾਨ ਆਗੂ ਲੜਨ ਭਾਵੇਂ ਨਾ ਲੜਨ, ਅਸੀਂ ਕਿਸੇ ਦੀ ਨਾ ਸਪੋਰਟ ਕਰਦੇ ਆ ਨਾ ਆਪ ਸਿੱਧੇ ਇਲੈਕਸ਼ਨ ਲੜਦੇ ਆ। ਪੰਜਾਬ ਦੇ ਵਿੱਚ ਵਿਧਾਨ ਸਭਾ ਚੋਣਾਂ ਦੀ ਤਰੀਕ ਨੇੜੇ ਆ ਰਹੀ ਹੈ। ਇਸ ਵਾਰ ਦੀਆਂ ਚੋਣਾਂ ਵਿੱਚ ਕਿਸਾਨਾਂ ਦੀ ਅਹਿਮ ਭੂਮਿਕਾ ਰਹਿਣ ਵਾਲੀ ਹੈ, ਕਿਉਂਕਿ ਮੋਦੀ ਸਰਕਾਰ ਨੂੰ ਹਰਾਉਣ ਤੋਂ ਬਾਅਦ ਕਿਸਾਨਾਂ ਦੇ ਹੌਸਲੇ ਬੁਲੰਦ ਨੇ।